ਮੇਰਾ ਨਾਮ ਸਤੀਸ਼ ਕੁਮਾਰ ਆ, ਜ਼ਿਲ੍ਹਾ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਤੋਂ ਹੈ। ਪਿਛਲੇ ਦਿਨੀ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ, ਜਦੋਂ ਅਸੀਂ ਮਾਸਟਰ ਡੇ ਮੀਟਿੰਗ ਰੱਖੀ ਸੀ, ਉੱਥੇ ACP ਲਾਂਬਾ ਸਾਹਿਬ ਵੀ ਆਏ ਸੀਗੇ ਅਤੇ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ, ਪਵਨ ਛਾਬੜਾ ਜੀ ਆਏ ਸੀਗੇ, ਨਾਲ ਕੁਲਵੰਤ ਸਿੱਧੂ ਦੇ ਬੇਟੇ ਵੀ ਆਏ ਸੀਗੇ। ਅਤੇ ਉਸ ਤੋਂ ਬਾਅਦ ਕੀ ਹੋਇਆ, ਸਾਨੂੰ ਇੱਕ ਟਾਈਮ ਦਿੱਤਾ ਗਿਆ, 2 ਮਹੀਨੇ ਦਾ ਟਾਈਮ ਤੁਹਾਨੂੰ ਦੇ ਦਿੰਦੇ, ਸਾਡੇ ਕੋਲ ਹਾਈ ਕੋਰਟ ਦੇ ਕਹਿੰਦੇ ਹੁਕਮ ਨੇ। ਅਸੀਂ ਕਿਹਾ ਚਲੋ ਠੀਕ ਹੈ ਜੀ, ਸਾਨੂੰ 2 ਮਹੀਨੇ ਟਾਈਮ ਦੇ ਦਿਓ, ਅਸੀਂ ਹਾਈ ਕੋਰਟ ਤੋਂ ਕੋਈ ਨਾ ਕੋਈ ਸਟੇਅ ਲਿਆਵਾਂਗੇ। ਪਰੰਤੂ 10 ਦਿਨਾਂ ਦੇ ਵਿੱਚ ਹੀ ਉਹ ਜਿਹੜਾ ਸਾਨੂੰ ਹੁਕਮ ਜਾਰੀ ਕੀਤਾ ਸੀ, ਉਹਨੂੰ ਖਾਰਜ ਕਰਕੇ ਇਹਨਾਂ ਨੇ ਫਿਰ ਕਹਿਤਾ ਸ਼ਹਿਰ ਦੇ ਵਿੱਚ ਆਟੋ ਨਹੀਂ ਆਉਣੇ। ਜਦਕਿ ਇਹ 8000 ਆਟੋ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਹੀ ਇਹਨਾਂ ਦੇ ਸਟੈਂਡ ਨੇ, ਸ਼ਹਿਰ ਦੇ ਵਿੱਚ ਇਹਨਾਂ ਦੇ ਸਟੈਂਡ ਨੇ, ਉੱਥੇ ਹੀ ਚੱਲਦੇ ਨੇ। ਇਹਨਾਂ ਨੂੰ ਘਰੋਂ ਬਾਹਰ ਕੱਢਿਆ ਜਾਂਦਾ, ਸਮਝ ਲਓ ਇੱਕ ਤਰ੍ਹਾਂ। ਹੁਣ 2 ਦਿਨ ਹੋ ਗਏ, ਇਹਨਾਂ ਨੇ 1 ਰੁਪਈਆ ਨਹੀਂ ਕਮਾਇਆ, ਗੱਡੀਆਂ ਘਰੇ ਖੜੀਆਂ ਨੇ। ਪਹਿਲਾਂ ਸਰਕਾਰ ਨੇ ਹੁਕਮ ਜਾਰੀ ਕਰਤੇ, ਪ੍ਰਸ਼ਾਸਨ ਨੇ ਹੁਕਮ ਜਾਰੀ ਕਰਤੇ, ਵਰਦੀ ਪਾਓ, ਨੇਮ ਪਲੇਟ ਲਾਓ। ਜਦੋਂ ਵਰਦੀ ਪਾ ਲਈ, ਸਭ ਕੋਈ 2-2, 3-3 ਹਜ਼ਾਰ ਰੁਪਇਆ ਖਰਚ ਲਿਆ। ਹੁਣ ਮਾਰਚ ਦਾ ਮਹੀਨਾ, ਇਹਨਾਂ ਦੀਆਂ ਐਡਮਿਸ਼ਨਾਂ ਵੀ ਬੱਚਿਆਂ ਦੀਆਂ ਆ ਗਈਆਂ, ਬੱਚਿਆਂ ਦੀਆਂ ਫੀਸਾਂ ਵੀ ਆ ਗਈਆਂ, ਯੂਨੀਫਾਰਮ ਵੀ ਲੈਣੀ ਆ, ਬੱਚਿਆਂ ਦੀਆਂ ਕਿਤਾਬਾਂ ਵੀ ਲੈਣੀਆਂ। ਐਡਾ ਵੱਡਾ ਬੋਝ ਪਹਿਲਾਂ ਹੀ ਇਹਨਾਂ ਦੇ ਸਿਰ ਤੇ ਸੀਗਾ, ਨਾਲ ਹੀ ਇਹਨਾਂ ਨੂੰ ਟੈਨਸ਼ਨ 'ਚ ਪਾਤਾ, ਤੁਸੀਂ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨੀ। ਜੇ ਆਟੋ ਆਪਣਾ ਵੇਚ ਦਿਆ, 10-15 ਹਜ਼ਾਰ ਦਾ ਆਟੋ ਵਿਕਣਾ, ਅਤੇ ਨਵਾਂ ਜਿਹੜਾ ਲੈਂਦੇ ਆ 4.5 ਲੱਖ ਰੁਪਏ ਦਾ ਆਟੋ ਆ। ਤਕਰੀਬਨ 2021 ਦੇ ਵਿੱਚ ਜਦੋਂ ਕਰੋਨਾ ਆਇਆ ਸੀ, ਚੰਗੇ ਚੰਗੇ ਬੰਦੇ ਸਿੱਬਲਾਂ 'ਚ ਪੈ ਗਏ। ਪਹਿਲੀ ਗੱਲ ਇਹ ਸਿੱਬਲ 'ਚ ਬੋਲਦੇ, ਇਹਨਾਂ ਦਾ ਕਿਸੇ ਨੇ ਲੋਨ ਵੀ ਨਹੀਂ ਕਰਨਾ। ਸਰਕਾਰ ਕੁਛ ਸੋਚੇ ਸਮਝੇ ਬਿਨਾ ਆਪਣੀ ਮਰਜ਼ੀ ਨਾਲ ਜੋ ਇਹਨਾਂ 'ਤੇ ਮਰਜ਼ੀ ਥੋਪ ਦੇਵੇ। ਜਦੋਂ ਇਲੈਕਸ਼ਨਾਂ ਟਾਈਮ ਸਾਡੇ ਅਰਵਿੰਦ ਕੇਜਰੀਵਾਲ ਆਏ ਸੀਗੇ, ਸਾਨੂੰ ਉਹਨਾਂ ਨੇ ਬੜਾ ਸਾਨੂੰ ਬਹੁਤ ਪਿਆਰ ਵੀ ਦਿੱਤਾ, ਉਹਨਾਂ ਨੇ ਸਾਨੂੰ ਬੁਲਾਇਆ, ਫਿਰ ਸਾਨੂੰ ਇਹ, ਅਸੀਂ ਜਦੋਂ ਆਪਣੀਆਂ ਤਕਲੀਫਾਂ ਦੱਸੀਆਂ, ਸਾਨੂੰ ਇਹ ਕਿਹਾ ਗਿਆ ਵੀ ਤੁਹਾਡੇ, ਸਾਡੀ ਜਦੋਂ ਸਰਕਾਰ ਆਊਗੀ, ਤੁਹਾਡੇ ਵਿੱਚੋਂ ਤੁਹਾਡੇ ਨੁਮਾਇੰਦੇ ਲੈ ਕੇ ਤੁਹਾਡੇ ਹਿਸਾਬ ਨਾਲ ਕੈਟਾਗਰੀ ਬਣਾਵਾਂਗੇ। ਕਿਉਂਕਿ ਜਿਹੜੀ ਪਿਛਲੀਆਂ ਸਰਕਾਰਾਂ ਨੇ, ਉਹਨਾਂ ਨੇ ਵੀ ਸਾਡੇ ਨਾਲ ਬਹੁਤ ਧੱਕਾ ਕੀਤਾ, 25-25-30 ਹਜ਼ਾਰ ਦੇ ਚਲਾਨ ਕੀਤੇ। ਜਦੋਂ ਅਸੀਂ ਸਾਰਾ ਵੇਰਵਾ ਉਹਨਾਂ ਦੇ ਅੱਗੇ ਰੱਖਿਆ, ਉਹਨਾਂ ਨੇ ਕਿਹਾ ਅੱਗੋਂ ਐਸਾ ਨਹੀਂ ਹੋਊਗਾ। ਪਰੰਤੂ ਸਾਨੂੰ 2 ਸਾਲ ਤੰਗ ਵੀ ਨਹੀਂ ਕੀਤਾ ਗਿਆ ਸਰਕਾਰ ਵੱਲੋਂ, ਅਸੀਂ ਇਹ ਵੀ ਕਹਿੰਦੇ ਹਾਂ 2 ਸਾਲ ਸਾਨੂੰ ਤੰਗ ਨਹੀਂ ਕੀਤਾ ਗਿਆ। ਅਤੇ ਹੁਣ 2 ਸਾਲ ਬਾਅਦ ਜੇ ਸਾਨੂੰ ਫਰਮਾਨ ਜਾਰੀ ਕੀਤਾ, ਸਾਡੀ ਰੋਜ਼ੀ ਰੋਟੀ ਕੌਣ ਪਿੱਛੇ ਕੀਤਾ? ਮਾਨਯੋਗ ਭਗਵੰਤ ਮਾਨ ਜੀ ਨੂੰ ਮੈਂ ਕਹਿੰਦਾ, ਕੱਲ੍ਹ ਤੁਹਾਡੇ ਘਰੇ ਇੱਕ ਲਕਸ਼ਮੀ ਨੇ ਜਨਮ ਲਿਆ, ਲਕਸ਼ਮੀ ਨੇ ਜਨਮ ਲੈਣ 'ਤੇ ਤੁਸੀਂ ਸਾਨੂੰ ਇਹੋ ਜਿਹਾ ਫਰਮਾਨ ਜਾਰੀ ਕਰਤਾ, ਸਾਡੀ ਰੋਜ਼ੀ ਰੋਟੀ ਖੋਣੀ ਆ? ਜੇ ਤੁਸੀਂ ਖੋਣ ਨਹੀਂ ਆਏ ਹੋ, ਤੇ ਅਸੀਂ ਤੁਹਾਡੀ ਕੋਠੀ ਆ ਰਿਹਾ, ਤੁਹਾਨੂੰ ਚਾਬੀਆਂ ਆਪਣੀਆਂ ਸੌਂਪ ਦਾਂਗੇ। ਵਿਧਾਨ ਸਭਾ 'ਚ ਕੁਲਵੰਤ ਸਿੰਘ ਸਿੱਧੂ ਨੇ ਵੀ ਤੁਹਾਡਾ ਮੁੱਦਾ ਚੱਕਿਆ ਸੀ, 6 ਮਹੀਨੇ ਦਾ ਸਮਾਂ ਤੁਹਾਡੇ ਲਈ ਮੰਗਿਆ ਗਿਆ ਸੀਗਾ, ਪਰ ਉਹ ਦਿੱਤਾ ਨਹੀਂ ਸਾਨੂੰ। ਹਾਂਜੀ, ਦਿੱਤਾ ਸਮਾਂ ਦਿੱਤਾ ਨਹੀਂ। ਇਹਦਾ ਮਤਲਬ ਸਾਡੇ ਨਾਲ ਦੋਹਰੀ ਜਿਹੜੀ ਰਾਜਨੀਤੀ ਖੇਡੀ ਜਾਂਦੀ ਆ। ਜਦੋਂ ਇਲੈਕਸ਼ਨ ਆ ਗਏ, ਸਾਡੇ ਨਾਲ ਐਂ ਫੋਟੋਆਂ ਖਿਚਾਈਆਂ, ਸੀ ਐਮ ਵੀ ਸਾਡੇ ਘਰੇ ਰੋਟੀ ਖਾਣ ਆ ਜਾਂਦਾ, MLA ਵੀ ਸਾਡੇ ਕੋਲ ਪਹੁੰਚ ਜਾਂਦੇ ਨੇ, ਤੇ ਜਿਹੜੇ MP ਨੇ ਉਹ ਵੀ ਪਹੁੰਚ ਜਾਂਦੇ ਆ। ਲੁਧਿਆਣੇ 'ਚ 13 ਵਿਧਾਇਕ ਨੇ, ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਕੋਲੇ ਪਹੁੰਚਣ ਦੀ ਕੋਸ਼ਿਸ਼? ਸਾਰਿਆਂ ਦੇ ਕੋਲ ਗਏ ਆ ਜੀ, ਅਸੀਂ ਕੁਲਵੰਤ ਸਿੱਧੂ ਜੀ ਕੋਲ ਵੀ ਗਏ ਆ, ਗੋਗੀ ਕੋਲ ਵੀ ਸਾਡਾ ਇੱਕ ਵਫਦ ਗਿਆ, ਠੀਕ ਆ ਜੀ, ਮੁੰਡੀਆਂ ਸਭ ਕੋਲ ਵੀ ਗਏ ਆ, ਸਾਰਿਆਂ ਕੋਲ ਗਏ ਆ, ਪਰ ਕਹਿੰਦੇ ਆ ਨਾ ਧਿਆਨ ਨਹੀਂ ਹੈ ਇੱਧਰ। ਉਹ ਕਹਿੰਦੇ ਮਹਾਨਗਰ ਦੀ ਜਿਹੜੀ ਪਾਲਿਸੀਆਂ ਨੇ, ਉਹਦੇ ਹਿਸਾਬ ਤੇ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ। ਮੈਂ ਕਹਾਂ ਜੀ ਬਿਲਕੁਲ ਕਾਰਵਾਈ ਕਰਨ, ਅਸੀਂ ਉਹਨਾਂ ਦੇ ਨਾਲ ਆ, ਪਰ ਸਾਡਾ ਪਹਿਲਾਂ ਹਲਤਾ ਕੱਢਣ ਨਾ। ਜੇ ਆਪਾਂ ਕੋਈ ਰੋਡ ਬਣਾਉਣੀ ਆ, ਉੱਥੋਂ ਉਹਨੂੰ ਪੱਟਣਾ, ਉਹਦੇ ਲਈ ਜਗ੍ਹਾ ਤਾਂ ਦਿੰਦੇ ਆ ਨਾ ਵੀ, ਕਿਤੋਂ ਸਾਈਡ ਤੋਂ ਬੰਦੇ ਨਿਕਲ ਜਾਣ। ਜੇ ਸਾਡੇ ਆਟੋ ਬੰਦ ਕਰਨੇ ਆ, ਸਾਨੂੰ ਸੋਲੂਸ਼ਨ ਤਾਂ ਦੇਣ ਵੀ, ਤੁਹਾਨੂੰ ਇਹਦੇ ਬਦਲੇ ਆਹ ਚੀਜ਼ ਦਿੱਤੀ ਜਾਊਗੀ। ਹੁਣ ਪੁਲਿਸ ਅਧਿਕਾਰੀਆਂ ਨਾਲ ਕੀ ਗੱਲਬਾਤ ਹੋਈ ਆ? ਹਜੇ ਕੋਈ ਨਹੀਂ, ਉਹ ਕਹਿੰਦੇ ਸਾਡੇ ਵੱਡੇ ਅਧਿਕਾਰੀਆਂ ਨਾਲ ਗੱਲ ਕਰੋ, ਅਸੀਂ ਪਹਿਲਾਂ ਆਪਸ 'ਚ ਮੀਟਿੰਗ ਕਰਾਂਗੇ, ਸਾਨੂੰ ਕੀ ਕਰਨਾ ਚਾਹੀਦਾ। ਤੇ ਜੇ ਨਹੀਂ ਮੰਗਾ ਮੰਨੀ ਜਾਂਦੀ ਤਾਂ ਕਿੱਦਾਂ ਦਾ ਜਿਹੜੇ ਸਖਤ ਫੈਸਲੇ ਜਿਹੜੇ ਨੇ ਲਏ? ਸਾਡਾ ਸਖਤ ਫੈਸਲਾ ਅਸੀਂ ਹੁਣੇ ਚਲੇ ਜਾਣਾ, ਕੂਚ ਕਰ ਲੈਣਾ ਹੁਣੇ, ਸੀਐਮ ਸਾਹਿਬ ਦੀ ਕੋਠੀ ਹੁਣੇ ਚਲੇ ਜਾਣਾ। ਸਾਡੇ ਨਾਲ ਤਕਰੀਬਨ 3000 ਆਟੋ ਸਾਡੇ ਨਾਲ ਹੁਣ ਜਾਊਗਾ, ਤੇ ਅਸੀਂ ਸਾਰੇ ਉੱਥੇ ਆਪਣੇ ਆਟੋ ਖੜ ਕਰਕੇ ਚਾਬੀਆਂ ਉਹਨਾਂ ਨੂੰ ਦੇ ਦੇਣੀਆਂ। ਭਾਮਰਾ ਜੀ ਅਜੇ ਇਕੱਠੇ ਹੋਏ ਨੇ ਆਟੋ ਚਾਲਕ, ਕਹਿੰਦੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਅੰਦਰ ਸ਼ਹਿਰ 'ਚ ਨਹੀਂ ਬਣ ਦਿੱਤੇ, ਕੀ ਮਾਮਲਾ? ਇਹ ਅਫਸਰਾਂ ਨਾਲ ਬੈਠੇ ਨੇ ਅਫਸਰ, ਹਾਂਜੀ, ਉਹ ਆਣ ਕੇ ਸਾਰਾ ਕੁਝ ਉਹਨਾਂ ਨੂੰ ਤਸੱਲੀ ਕਰਾਉਣਗੇ, ਜੋ ਹਾਈਕੋਰਟ ਦਾ ਹੁਕਮ ਹੋਇਆ ਉਹ ਇਹ ਮੰਨਣ ਨੂੰ ਵੀ ਤਿਆਰ ਨੇ, ਹਾਂਜੀ, ਜਾਂ ਜਿਹੜੀ ਬਾਅਦ ਵਿੱਚ ਡੀਜ਼ਲ ਵਾਲੀ ਗੱਲ ਹੋਈ ਇਹਨਾਂ ਨਾਲ, ਜੋ ਪ੍ਰੋਬਲਮ ਇਹਨਾਂ ਨੂੰ, ਇਹ ਕਹਿੰਦੇ ਅਸੀਂ ਮੀਟਿੰਗ ਕਰ ਲਈਏ, ਮੀਟਿੰਗ ਕਰਕੇ ਉਹਨਾਂ ਦਾ ਮਸਲਾ ਉਹ ਹੱਲ ਕੀਤਾ ਜਾਵੇ। ਹਾਂਜੀ, ਮੈਨੂੰ ਇਸੇ ਕਰਕੇ ਭੇਜਿਆ ACP ਸਾਹਿਬ ਨੇ ਔਰ ADCP ਸਾਹਿਬ ਨੇ ਤੇ ACP ਟ੍ਰੈਵਲ ਕਰਾਇਆ। ਹਾਂਜੀ, ਉਹ ਕਹਿੰਦੇ ਨੇ ਇਹਨਾਂ ਨੂੰ ਜਾ ਕੇ ਸਮਝਾਓ, ਇਹਨਾਂ ਦੇ 4 ਬੰਦੇ ਆ ਜਾਣ, ਜਿਹੜਾ ਇਹਨਾਂ ਦੀਆਂ ਪ੍ਰੋਬਲਮਾਂ ਨੇ ਉਹ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਬਹਿ ਕੇ। ਸਰ, ਇਸ ਤੋਂ ਪਹਿਲੇ ਵੀ ਕਾਫੀ ਮੀਟਿੰਗਾਂ ਹੋਈਆਂ ਇਹਨਾਂ ਦੀਆਂ? ਉਸ ਬਾਰੇ ਮੈਨੂੰ ਨਹੀਂ ਪਤਾ।
ਪ੍ਰਸ਼ਾਸਨ ਨੂੰ ਕੋਈ ਦਿੱਕਤ ਆ ਰਹੀ ਹੈ, ਉਹ ਮਸਲਾ ਤਾਂ ਬਹਿ ਕੇ ਹੱਲ ਹੋਊਗਾ। ਕੋਸ਼ਿਸ਼ ਕੀਤੀ ਜਾਊਗੀ ਮਸਲਾ? ਹਾਂ ਬਿਲਕੁਲ ਕੋਸ਼ਿਸ਼ ਕੀਤੀ ਜਾਊਗੀ। ਸਰ ਕਹਿੰਦੇ 8000 ਦੇ ਕਰੀਬ ਜਿਹੜਾ ਆਟੋ ਆ ਸ਼ਹਿਰ 'ਚ ਚੱਲਦਾ ਵਾ, ਤਕਰੀਬਨ 40000 ਲੋਕ ਜਾਂ ਕਹਿ ਦਈਏ ਕਿ 8000 ਪਰਿਵਾਰ ਜੁੜਿਆ ਹੋਇਆ ਵਾ। ਇਹ ਟ੍ਰੈਫਿਕ ਮਹਿਕਮੇ ਦਾ ਕੰਮ ਹੈ, ਮੇਰਾ ਕੰਮ ਨਹੀਂ। ਮੇਰੇ ਕੋਲ ਜਿਹੜੀ ਡਿਊਟੀ ਆ, ਮੈਂ ਤਾਂ ਆਪਣੀ ਦਾਣਾ ਮੰਡੀ ਡਿਊਟੀ ਇਹਨਾਂ ਦੇ ਨਾਲ ਖੜਾ ਆ। ਇਹਨਾਂ ਨੂੰ ਨਾਈਕ ਲੈ ਕੇ ਜੋ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ, ਮੈਂ ਤਾਂ ਗਾਹਾਂ ਪ੍ਰੋਵਾਈਡ ਕਰਵਾ ਸਕਦਾ ਵੀ ਇਹਨਾਂ ਦੀ ਆਹ ਇਹਨਾਂ ਦੀ ਮੰਗ ਹੈ। ਉਹ ਮਸਲਾ ਹੱਲ ਕਰਨ ਵਾਸਤੇ ਸੀਨੀਅਰ ਅਫਸਰ ਮੇਰੇ ਦਫ਼ਤਰ ਦੇ ਉੱਪਰ ਬੈਠੇ ਨੇ, ਏਸੀਪੀ ਸਾਹਿਬ ਔਰ ਡੀਸੀਪੀ ਜ਼ੋਨ 2। ਅੱਛਾ, ਦਾਣਾ ਮੰਡੀ ਜਿਹੜਾ ਇੱਥੇ ਕਿਉਂ ਕੱਟ ਕੀਤਾ ਜੀ ਇਹਨਾਂ ਨੇ, ਕਿਸ ਲਈ? ਦੱਸੀ ਤਾਂ ਜਾਂਦੇ ਜੀ ਤੁਹਾਨੂੰ, ਕਹੀ ਤਾਂ ਜਾਂਦੇ ਨੇ ਉਹ ਵੀ ਸਾਨੂੰ ਇਹ ਕਹਿੰਦੇ ਨੇ ਵੀ ਪਾਮ ਸ਼ਹਿਰ 'ਚ ਨਹੀਂ ਜਾਣਾ, ਅਤੇ ਉਸ ਬਾਰੇ ਇਹਨਾਂ ਦਾ ਨਹੀਂ। ਹੁਣ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਕੋਈ ਇਹਨਾਂ ਦਾ? ਮੈਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਆਇਆ, ਉਹ ਕਹਿੰਦੇ ਵੀ 4 ਬੰਦੇ ਲਿਆਓ। ਅੱਛਾ ਜੀ, ਜੋ ਇਹਨਾਂ ਦੀਆਂ ਮੰਗਾਂ ਨੇ ਉਹ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਤੁਹਾਡੇ ਕੋਲ ਆ ਕੇ ਸੀਨੀਅਰ ਅਫਸਰਾਂ ਨੂੰ ਦੱਸਣਗੇ ਉਹ ਵੀ ਇਹਨਾਂ ਦੀ ਆਹ ਮੰਗਾਂ ਨੇ, ਵੀ ਇਹਨਾਂ ਬਾਰੇ ਕੀ ਹੋ